युवाकाश हनी जम्मू है अब्दुल मजीद ते खबर सुनो पहला पेश है पुलितन की खास खास खबर चीफ सेक्रेटरी अटल डुलू ने 312 शादियां 89 करोड़ पैंगी पानी सप्लाई स्कीमा ना मंजूरी दी है मरकज़ न वकफ तरमीमी बिल दो हज़ार चोबी लोकसा मां मुतारफ़ करागे इसां पार्लिमेंट्री कमेटी कोल जाइज़े टोर दो आहे स्वच्छता पखवाड़ा गते जमू कश्मीर ड्यूटी भार मां शजरकारी सिलसिलो मुनक़द जारीरिस ओलपिक मां रज कर चुका त नेज़ो फेकण मां आलमी चैम्पियन नीरज चोपड़ा अॼु रात हिकु बार फिर मैदान मां आवेगा ਚੀਫ ਸੈਕਟਰੀ ਤਰ ਦੁੱਲੂ ਨੇ ਅੱਜ ਯੂਟੀ ਸਤਾਕ ਸਟੀਰਿੰਗ ਕਮੇਟੀ ਯੂਟੀ ਐਲ ਐਸ ਸੀ ਦੀ ਮੀਟਿੰਗ ਮੁਨਕਦ ਕੀਤੀ। ਇਹ ਮੀਟਿੰਗ 47 ਪਾਣੀ ਸਪਲਾਈ ਸਕੀਮਾ ਨਾਲ ਇੰਤਜ਼ਾਮੀ ਮਨਜ਼ੂਰੀ ਦੇਣ ਦਾ ਜ਼ਿੰਮਣ ਮਬਲਾਈ ਗਈ ਸੀ ਜਿਹੜੀ ਜੰਮੂ ਕਸ਼ਮੀਰ ਦਾ ਵੱਡਾ ਕਸਬਾ ਵਾਸਤੇ ਤਿਆਰ ਕੀਤੀ ਗਈ। ਮੌਸੂਫ ਨੇ ਅਫਸਰ ਮਜ਼ੂਰ ਪਾਇਓ ਜੇ ਤਮਾਮ ਪ੍ਰੋਜੈਕਟਾਂ ਵਾਸਤੇ ਟੈਂਡਰ ਕਾਰਵਾਈ ਸ਼ੁਰੂ ਕੀਤੀ ਜਾਏ। ਕਮਿਸ਼ਨਰ ਸੈਕਟਰੀ ਮਨਦੀਪ ਕੋਰ ਨੇ ਅਤਲ ਮਿਸ਼ਨ ਦੇ ਤਹਿਤ ਮਨਜ਼ੂਰ ਕੀਤਾ ਗਿਆ ਪ੍ਰੋਜੈਕਟਾਂ ਦੀ ਤਫਸੀਲ ਪੇਸ਼ ਕੀਤੀ ਉਹਨਾਂ ਨੇ ਦੱਸਿਓ ਹੈ ਜੇ ਪ੍ਰੋਜੈਕਟਾਂ ਕੋ ਮਕਸਦ ਸ਼ਹਿਰਾਂ ਨਾਲ ਪਾਣੀ ਦਾ ਹਵਾਲਾ ਸੰਗ ਮਹਫੂਜ਼ ਬਣਾਉਣਾ ਨਾਲੇ तमाम ਲੋਕਾਂ ਨਾਲ ਨਲਕਾ ਕੋ ਪਾਣੀ ਮੁਹయ్యా ਕਰਾਣੋ ਹੈ ਉਹਨਾਂ ਨੇ ਅਮਰਤ 2.0 ਦੇ ਤਹਿਤ ਜਾਣਕਾਰੀ ਦਿੱਤੀ ਹੈ ਜੇ 99 ਪ੍ਰੋਜੈਕਟ ਮਨਜ਼ੂਰ ਕੀਆ ਗਿਆ ਜਿੰਦੀ ਕੀ ਕੀਮਤ 330.54 ਕਰੋੜ ਰੁਪਇਆ ਬਣੇ ਵਕਫ ਤਰਮੀਮੀ ਬਿੱਲ 2024 ਮਜ਼ੀਦ ਛਾਣਬੀਨ ਵਾਸਤੇ ਸਾਂਝੀ ਪਾਰਲੀਮੈਂਟਰੀ ਕਮੇਟੀ ਨਾਲ ਟੋਰੀ ਹੋ ਗਿਆ ਹੈ ਅੱਜ ਲੋਕ ਸਭਾ ਮੰਮ ਤਾਰਫ ਕਰਾਣ ਤੇ ਬਾਅਦ ਅਕਲੀਤੀ ਉਮੂਰ ਗਫਜ਼ੀਰ ਕਿਰਨ ਰਜੀ ਜੂ ਨੇ ਕਿਉ ਜੇ ਸਰਕਾਰ ਹੋਰ ਛਾਣਬੀਨ ਵਾਸਤੇ ਤਿਆਰ ਹੈ ਉਹਨਾਂ ਨੇ ਕਿਹਾ ਜੇ ਮਰਕਜ਼ੀ ਹਕੂਮਤ ਦੀ ਨੀਅਤ ਸਾਫ਼ ਹੈ ਤੇ ਕਾਨੂੰਨ ਸਾਜ਼ੀ ਮਾ ਕੋਈ ਵੀ ਖੁਫੀਆ ਗੱਲ ਨਹੀਂ ਹੈ ਇਸ ਤੋਂ ਪਹਿਲਾਂ ਬਿੱਲ ਪੇਸ਼ ਕਰਤਾ ਮਾ ਵਜ਼ੀਰੇ ਮੌਸੂਫ ਨੇ ਵਾਜ਼ਿਆ ਕਿਉ ਹੈ ਜੇ ਬਿੱਲ ਕੋ ਮਕਸਦ ਮਜ਼ਬੀ ਤਨਜ਼ੀਮ ਦਾ ਕੰਮਕਾਜ ਮਾ ਦਖਲ ਦੇਨੋ ਨਹੀਂ ਹੈ ਤੇ ਯੋਗਰੀ ਮੁਸਲਮ ਲੋਕਾਂ ਨਾਲ ਇਨਸਾਫ ਦੁਵਾਣ ਵਾਸਤੇ ਤਿਆਰ ਕੀਓ ਗਿਆ ਹੈ ਮوصੂਫ ਨੇ ਉਜਾਗਰ ਕੀ ਹੈ ਜੀ ਯੋ ਕਾਨੂੰਨ ਸ਼ਫਾਫੀਅਤ ਲਿਆਣ ਵਾਸਤੇ ਬਣਾਇਆ ਗਿਆ ਹੈ ਇਸ ਤੋਂ ਪਹਿਲਾਂ ਬਿਲ ਕੀ ਮੁਖਾਲਫਤ ਕਰਤਾ ਮਾ ਕਾਂਗਰਸ ਟੀਐਮਸੀ ਸਮਾਜਵਾਦੀ ਪਾਰਟੀ ਡੀਐਮਕੇ ਐਨਸੀਪੀ ਐਸਪੀ ਖੱਬਾ ਤੜਾ ਤੇ ਕਈ ਹੋਰਾਂ ਨੇ ਇਸ ਬਿਲ ਨਾਲ ਮذਬੀ ਆਜ਼ਾਦੀ ਦਾ ਸਿਲਸਿਲਾ ਮਾ আইন ਕੀ ਖਿਲਾਫਰਦੀ ਦੱਸਿਓ स्वच्छता पखवाड़ा मुहिम से यौमे आज़ादी तकरीबा का एक हिस्सा के तौर सरकारी लड़कों का हाई स्कूल डोडा में एक तिरंगा रैली को नकाल की हो गयो स्कूल का एनसीसी तालब इल्मा ने सौ फुट लम्बो तिरंगो ले मुहब्बे वतन गा तरा गात इलाका का गा बा बज़ारा गश्त की शहरव वतन की मुहब्बत आज़ादी की सौच... सोच की याद करतावान ऐसी तकरबात की अहमियत बारे दस प्रिंसिपल हायर सेंडरी स्कूल डोडा ने इस तरह के इसका मेन मकसद जो है वो यूनिटी और खास करके यूथ के बीच में एक मैसेज देना कि अपना अपना जो जोश जज्बा है देश के लिए उसको अपलिफ्ट करना और लोगों के बीच में जाकर ये मैसेज देना कि हम भारतीय हैं एजुकेशन इंस्टीट्यूशंस में इन चीजों को बार बार करना खास तौर पर नेशनल डेज पर करना या उसके प्रोग्राम्स में करना ये एक बहुत बड़ा मैसेज आता है पूरे नेशन में ਇੱਕ ਪੇੜ ਮਾਂ ਕੇ ਨਾਮ ਤੇ ਇੱਕ ਪੇੜ ਸ਼ਹੀਦ ਕੇ ਨਾਮ ਬੂਟਾ ਲਾਣ ਮਹਿੰਮ ਕਾ ਇੱਕ ਹਿੱਸਾ ਕੇ ਤੌਰ ਵਰ ਸਾਂਭਾ ਮਿਊਂਸੀਪਲ ਕਾਉਂਸਲ ਨੇ ਅੱਜ ਬੂਟਾ ਲਾਣ ਕੀ ਬੜਾ ਪੇਮਾਨਾ ਪਰ ਮਹਿੰਮ ਚਲਾਈ ਇਸ ਮਹਿੰਮ ਕੇ ਦੌਰਾਨ ਐਮ ਆਰ ਐਫ ਮਰਕਜ਼ ਮਧੀਰਾ ਸਾਂਭਾ ਕਾ ਹਾਤਾ ਮਿਊਂਸੀਪਲ ਕਾਉਂਸਲ ਸਾਂਭਾ ਕਾ ਐਗਜ਼ੀਕਿਊਟਿਵ ਆਫਸਰ ਜੋਧਰਾਜ ਗਿਸਰ ਬਰਾਹੀ ਮ ਬੂਟਾ ਲਾਇਆ ਗਿਆ ਤੇ ਇਸ ਦੌਰਾਨ ਸਕੂਲੀ ਬੱਚਾ ਉਮਰਦਰਾ ਸ਼ਹਿਰੀਆਂ ਤੇ ਸਾਥਜਾ ਨੇ ਮਾਈ ਜ਼ਮੀਨਾਂ ਸਰਸਬਜ਼ ਰੱਖਣ ਵਾਸਤੇ ਆਪਣਾ ਹੱਥੀਂ ਬੂਟਾ ਲਾਣ ਕੋ ਅਹਿਦ ਕਿਓ ਆਕਾਸ਼ਵਾਨੀ ਨਾਲ ਗੱਲ ਕਰਤਾ ਮੈਂ ਐਗਜ਼ੀਕਿਊਟਿਵ ਅਫਸਰ ਮਿਊਸਪਲ ਕਾਉਂਸਲ ਸਾਂਭਾ ਜੋਧਰਾਜ ਨੇ ਇਸ ਤਰ੍ਹਾਂ ਕਿਓ इसमें जहाँ के जितने भी सीनियर सिटीजन हैं उनको इन्वॉल्व किया गया है स्कूल के जो बच्चे हैं और जो स्कूल का स्टाफ है ये सभी लोग यहाँ पे आए हुए हैं और सारे मिल के ये प्लांटेशन ड्राइव जो है ये कर रहे हैं आज का जो टारगेट है हमारा कोई टू हंड्रेड प्लांट्स है जो हमने एम आर एफ साइट है यहाँ मंदेरा में वहाँ पे हम कर रहे हैं और टोटल जो टारगेट है हमारा पंद्रह अगस्त तक हम जो एक हजार के करीब जो है प्लांटेशन लगाने हैं ਚੀਫ ਐਜੂਕੇਸ਼ਨ ਅਫਸਰ ਕੋਟੂਆ ਮੰਗਤਰ ਆਪ ਸ਼ਰਮਾ ਨੇ ਹੈਡਮਾਸਟਰ ਪਾਰਲੀ ਬੰਡ ਅਨਿਲ ਕੁਮਾਰ ਤੇ ਅਮਲਾ ਗਏ ਹਮਰਾ ਸਵਚਤਾ ਪਖਵਾੜਾ ਤੇ ਸਵਚਤਾ ਸੰਗਰਾਮ ਕੇ ਤਹਿਤ ਇੱਕ ਪੇੜ ਮਾਂ ਕੇ ਨਾਮ ਇੱਕ ਪੇੜ ਸ਼ਹੀਦ ਕੇ ਨਾਮ ਦਾ ਹਿੱਸਾ ਕੇ ਤੌਰ ਬੂਟਾ ਲਾਇਆ ਇਸ ਦੌਰਾਨ ਕੋਟੂਆ ਜ਼ਿਲ੍ਹਾ ਕਾ ਤਮਾਮ ਸਾ ਅਸਾਧਜ਼ਾ ਤੇ ਤਾਲਬੇਲਮਨਾ ਯੋਸਨੀ ਉਦਿਤੋ ਗਿਓ ਜੇ ਵੇ ਜ਼ਿਆਦਾ ਤੇ ਜ਼ਿਆਦਾ ਬੂਟਾ ਲਾਗੈ ਇਸ ਕੰਮ ਨਾ ਤਾਵਲਾ ਪੂਰੋ ਕਰ ਲੈ ਤਾਂ ਜੇ ਬਰਸਾਤ ਕਮ ਇਸ ਮੌਸਮ ਮਾ ਬੂਟਾ निकल आवे आकाशवाणी जम्मू नाल गल करता चीफ एजुकेशन अफसर कठुआ ने इस तरह क्यों आज हमने ये एज पर गवर्नमेंट जो डायरेक्शंस हैं उनके अकॉर्डिंगली जो ये पंद्रह अगस्त तक प्रोग्राम चल रहे हैं स्वच्छता पखवाड़ा है प्लांटेशन ड्राइव है उसी के चलते हमने आज यहाँ पे हाई स्कूल पार्लियामेंट में यहाँ पे प्लांटेशन ड्राइव का, का काम स्टार्ट किया तो ये डिस्ट्रिक्ट में सभी स्कूलों को सभी जो एच ओ आईज हैं हमारे सभी कि so तो अच्छा जिला शहीद गुलाब की बीवी ने गुलाब सिंह यादगारी पार्क रियासी को की हो शहीद गुलाब सिंह पुलिस कैंपिया माता इनाथ था जित उ मार्च दो हजार त्रैना दहशतगर्दा टाकरा मां उन्होंने शहादत हासिल की इस मौके पर रियासी पुलिस की सुपरिटेंडेंट आई आर पी अवल ਬਟਾਲੀਅਨ ਅਨੀਤਾ ਸ਼ਰਮਾ ਨੇ ਕਿਹਾ ਜੇ ਮੁੱਲਕ ਸ਼ਹੀਦ ਜਵਾਨਾਂ ਕੋ ਹਮੇਸ਼ਾ ਕਰਜ਼ਦਾਰ ਰਹੇਗਾ ਜਿਨ੍ਹਾਂ ਨੇ ਆਪਣੀ ਜਾਨਾਂ ਕੁਰਬਾਨੀ ਪੇਸ਼ ਕਰ ਗਏ ਮੁੱਲਕ ਦੀ ਹਿਫਾਜ਼ਤ ਕੀਤੀ ਇਸ ਮੌਕੇ ਪਰ ਇੱਕ ਪੇੜ ਸ਼ਹੀਦ ਕੇ ਨਾਮ ਕੇ ਤਹਿਤ ਬੂਟਾ ਲਾਇਆ ਗਿਆ ਇਹ ਬੂਟਾ ਆਰਪੀ ਦੀ ਪਹਿਲੀ ਬਟਾਲੀਅਨ ਦਾ ਹੱਥਮ ਲਾਇਆ ਗਿਆ ਜਿਸਕੋ ਮਕਸਦ ਸ਼ਹੀਦਾਂ ਨਕਰਾਜਾਕਿਦਤ ਪੇਸ਼ ਕਰਨੋ ਥੋ अमर शहीद गुलाब सिंह जी जो है इनकी कुर्बानी को हमेशा इस पार्क के नाम से भी याद किया जाएगा इस मेमोरियल पार्क में जब उनकी फैमिली यहाँ कभी विजिट करेगी या कोई और भी हमारे जवान जब इनके बीच यहाँ इस पार्क में आएंगे तो उनका नाम हम याद करेंगे सिमिलरली हम और भी बहुत सारी एक्टिविटीज यहाँ कर रहे हैं जैसे की स्वच्छता अभियान हमने स्टार्ट किया है और हमारी सभी जो कंपनीज हैं वो भी अपनी अपनी ड्यूटीज जहां जहां कर रहे हैं वहां पर स्वच्छता का प्रोग्राम भी चला रहे हैं और शहीदों की फैमिलीज रहती हैं उनको विजिट भी करेंगे और उनके साथ बातचीत करेंगे उनकी कोई परेशानियां है उनको भी दूर करने की कोशिश की जाएगी ਯੋ ਆਕਾਸ਼ਵਾਨੀ ਜੰਮੂ ਹੈ ਖਬਰਾਂ ਦਾ ਬਾਕੀ ਹਿੱਸਾ ਨਾਲ ਅਬਦੁਲ ਮਜੀਦ ਪੈਰਿਸ 올림픽ਸ ਮਾ 올림픽 ਵਰ ਰਾਜ ਕਾ ਚੁਕਿਆ ਤੇ ਨੀਜ਼ੁਫੇਕਨ ਮਾ ਆਲਮੀ ਚੈਂਪੀਅਨ ਨੀਰਜ ਚੋਪੜਾ ਅਜ ਰਾਤ ਇੱਕ ਵਾਰੀ ਫਿਰ ਤਾਰੀਖ ਰਕਮ ਕਰਨ ਕਾ ਮਕਸਦ ਨਾਲ ਮੈਦਾਨ ਮਾ ਆਵੇਗਾ ਭਾਰਤੀ ਮਰਦਾਂ ਕੀ ਹਾਕੀ ਟੀਮ ਅਜ ਸ਼ਾਮ ਕਾਂਸਾ ਕਾ ਤਮਗਾ ਵਾਸਤੇ ਮੁਕਾਬਲਾ ਮਾ ਸਪੇਨ ਨਾਲ ਮੁਕਾਬਲਾ ਖਿਡੇਗੀ ਭਾਰਤੀ ਖਲਾਇਟਾ ਕੀ ਇੱਕ ਤਹਿਕੀਕੀ ਤਨਜ਼ੀਮ ਇਸਰੋ मोदारमा धरती का मुशाह बारे सैटेलाइट शुरू करता मदारमा योम आज़ादी मनावेगी इस सिलसिला में पंद्रह अगस्त के ध्याे सवेरे नौ बज के सतारा मिनट पर लौकीी खलाई गड्डी श्रीहरिकोटा ग इस्तेमाल कीजिएगी या गड्डी इसरो की तरफों तैयार की गई है जी कई लौकी सैटेलाइटें ना ले जा सकेगी मज़कूरा खलाई गी पौ किलोग्राम सैटेलाइट पां सौ किलोमीटर तक चाहेगी ਕਾਬਲੇ ਜ਼ਿਕਰ ਹੈ ਜੇ ਇੱਕ ਵਾਰ ਮਜ਼ਾਹਰਾ ਪਰਵਾਜ਼ ਦਾ ਕਾਮਜਾਬ ਤਰੀਕਾ ਨਾ ਹੋ ਜੈ ਤਾਂ ਨਿਜੀ ਸੈਕਟਰ ਨਾ ਇਸ ਐਸੀ ਗੱਡੀ ਤਿਆਰ ਕਰਨ ਵਾਸਤੇ ਮੁਨਤਕਲ ਕੀਤੀ ਜੇਗੀ ਮਰکز ਨੇ ਅੱਜ ਕਿਹਾ ਜੀ ਪੀਐਮ ਵਿਸ਼ਵਾਕਰਮਾ ਸਕੀਮ ਪਰ ਦਰਮਿਆਨ ਨਾ ਲੋਕੀ ਤੈ ਪਲੀਆਂ ਲੋਕੀ ਸੰਤਾ ਬਾਰੇ ਸੈਕਟਰ ਦੇ ਤਹਿਤ उद्यम पोर्टल के जरिए भी करोड़ रोजगार का मौका पैदा किया गया है लोकसभा में एमएसएमई बारे वजीर जितिन राम मांझी ने बख सवाल के दौरान इजाफी सवालों को जवाब देता जवाबदेह जजारत का उद्यम पोर्टल पर चार आठ करोड़ लोगों को अंदराज की हो गया है उ जानकारी दी जेडिट गंटी स्कीम आत्म स्कीम के तहत दूज शुरुआत के तहत वजारत मुल्क रोजगार का मौका बदाने की कोशिश कर रही वजीर ने मज़ीद जे इस सिलसिला में खावान वास्ते रोज़गार पैदा करने की खातर खसूस जोर दी जा रही है कृषि विज्ञान केंद्र राजोरी ने साइंसी ज़राआत ते आमदन बख्श अकाइयां गा मौज़ू पर एक प्रोग्राम गोइनकाद कियो एटीएमए स्कीम के तहत राजोरी का बखवा खगरायां ते ज़राआत नाल जुड़ी तकरीबन 80 कारसीरियां जिन ने कृषि सखी ते पशु सखी कियो जे ने इस प्रोग्राम में शिरकत की इस मौके पर मज़कुरा केंद्र ने खसूसी हुनरमंदी आला प्रोग्रामा जिन मां मशरूम कीकाष्ट मुर्गी पालन डेरी फार्मिंग ते वर्मी कंपोस्टिंग का माह इन ने जानकारी दी कृषि विज्ञान केंद्र की तरफों दही इलाकों का बेरोज़गार नौजन आमदनी गुजरियो मुहैया कराने का सिलसिला खाद फरोशों एक खसूसी प्रोग्राम भी मुनकद जारी हुए। चीफ सैंसदान डॉक्टर अरविंद ने किसान न खिताबे दौरान यह गल कही

ਮਨੇ ਕਹ ਦਫੂ ਇਸ ਮੌਕੇ ਵਰ ਬੋਲਤਾ ਮ ਡਾਇਰੈਕਟਰ ਐਗਰੀਕਲਚਰ ਐਸ ਐਸ ਰੀਨ ਨੇ ਕਿ ਉਹ ਜੇ ਤਰਬੀਤੀ ਪ੍ਰੋਗਰਾਮ ਗੁ ਮਕਸਦ ਸ਼ਹਿਦ ਕੀ ਮੱਕੀ ਪਾਲਨ ਨਾ ਬਾਦੋ ਦੇਨੋ ਨਾਲ ਸ਼ਹਿਦ ਕੀ پیداوار ਬਦਾਨੋ ਹੈ ਇਸਕੇ ਨਾਲ ਹੀ ਗੋਜਰੀ ਮ ਖਬਰਾਂ ਕੋ ਯੂ ਬੁਲੇਟਿਨ ਖਤਮ ਹੋ